कैबिनेट मंत्री भारत भूषण आशू ने बीती रात लुधियाना केंद्रीय जेल में खाने को लेकर कैदियों के भिड़ने से 3 कैदियों के जख्मी होने की घटना पर कहा है कि सरकार द्वारा जेलों के हालातों को सुधारा जा रहा है। एक निजी अस्पताल में ब्लड कैंप का उद्घाटन करने के अवसर पर मीडिया से बातचीत में आशू ने कहा कि पंजाब सरकार ने जेलों की स्थिति में बहुत सुधार किया है और इस दिशा में काम चल रहा है। जेल मंत्री सुखजिंदर सिंह रंधावा ने हालातों में बहुत सुधार किया है, जबकि अकाली दल की ओर से रंधावा का इस्तीफा मांगने को लेकर उन्होंने कहा है कि हालात अकाली दल की सरकार में ही पैदा हुए हैं। थोनू किने कहा कि इसमें इशू ते मिले सी जो नवा सुनहरी हुआ है पंजाब सरकार च की होना चाहिए जो राहुल जी इस्तीफा दे के जा रहे हैं इकोदम हालात बदल रहे हैं वो मतलब असं उत्थे गए सी मिलन भी नवे सुनहरी हो ਪੰਜਾਬ ਸਰਕਾਰ ਤੇ ਪੰਜਾਬ ਕਾਂਗਰਸ ਨੂੰ ਕੀ ਆਦੇਸ਼ ਹੈ ਉਹ ਆਦੇਸ਼ ਲੈ ਰਹੇ ਲੁਧਿਆਣਾ ਬਹੁਤ ਵੱਡਾ ਸ਼ਹਿਰ ਹੈ ਅੱਜ ਸਿਹਤ ਸੇਵਾਵਾਂ ਦੇ ਪੱਖੋਂ ਕਿਤੇ ਨਾ ਕਿਤੇ ਜਦੋਂ ਪਿਛੜਦਾ ਜਾ ਰਿਹਾ ਉਹਨਾਂ ਜਿੱਥੇ ਜਿੱਥੇ ਕਮਜ਼ੋਰੀ ਹੈ ਉਹਨੂੰ ਦੂਰ ਕਰਨ ਲਈ ਅੱਜ ਇੱਕ ਬਹੁਤ ਵੱਡਾ ਉਪਰਾਲਾ ਪ੍ਰੋ ਲਾਈਫ ਹੋਸਪਿਟਲ ਦੇ ਸਾਰੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ। ਨਵਾਂ ਹੋਸਪਿਟਲ ਸ਼ੁਰੂ ਹੋਣ ਜਾ ਰਿਹਾ, ਹਲੇ ਇਹਨਾਂ ਨੇ OPD ਵਗੈਰਾ ਸ਼ੁਰੂ ਕੀਤੀ ਹੈ। ਅੱਜ ਬਲੱਡ ਬੈਂਕ ਦਾ ਉਦਘਾਟਨ ਕੀਤਾ ਗਿਆ, ਨਾਲ ਬਲੱਡ ਡੋਨੇਸ਼ਨ ਕੈਂਪ ਔਰਗਨਾਈਜ਼ ਕਰਿਆ। ਬਹੁਤ ਜਲਦੀ 10-15 ਦਿਨਾਂ 'ਚ ਇੱਕ 100 ਬੈਡਡ ਹੋਸਪਿਟਲ ਬੜੀ ਸੁਪਰ ਸਪੈਸ਼ਲਿਟੀ ਸਰਵਿਸਿਜ਼ ਦੇਗਾ ਇਸ ਇਲਾਕੇ ਦੇ ਜਿੱਥੇ ਲੋਕਾਂ ਨੂੰ ਫਾਇਦਾ ਹੋਏਗਾ। ਅਤੇ ਉਦੋਂ ਮੈਂ ਉਸੇ ਟਾਈਮ ਇਹਨਾਂ ਨੂੰ ਵਧਾਈ ਵੀ ਦੇਣਾ ਕਿ ਇੰਨੀਆਂ ਵਧੀਆ ਸਰਵਿਸਿਜ਼ ਅਤੇ ਨਾਲ ਅਪੀਲ ਵੀ ਕਰਾਂਗਾ ਇੱਥੇ ਦੇ ਲੋਕਾਂ ਅਤੇ ਉਹਨਾਂ ਦੀ ਜੇਬ ਦਾ ਧਿਆਨ ਰੱਖਦੇ ਹੋਏ ਘੱਟ ਪੈਸਿਆਂ 'ਚ ਵਧੀਆ ਸੇਵਾ ਦਿੱਤੀ ਜਾਏ। ਸਰ ਮੈਂ ਇਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ। ਇੱਕ ਸਵਾਲ ਸੀ ਕਿ ਜੇਲ੍ਹ ਹਾਲਾਤ ਸੁਧਰ ਰਹੇ, ਕੱਲ੍ਹ ਬੀਤੀ ਰਾਤ ਫਿਰ ਲੜਾਈ ਹੋਈ ਲੁਧਿਆਣਾ ਸੈਂਟਰ ਜੇ ਤੋਂ, ਲੱਗਦਾ ਨਹੀਂ ਕਿ ਕੁਛ ਹੋਰ ਰੱਦ ਪਾਉਣ ਦੀ ਲੋੜ ਹੈਗੀ? ਬਹੁਤ ਵੱਡੇ ਲੈਵਲ 'ਤੇ ਉਪਰਾਲਾ ਕੀਤਾ ਜਾ ਰਿਹਾ, ਜਿੱਥੇ ਸੈਂਟਰ ਵੀ ਇੰਟਰਵੀਨ ਕਰਦਾ ਪਿਆ, ਸਟੇਟ ਲੈਵਲ ਦੇ ਉੱਤੇ ਬੜੀ ਗੰਭੀਰਤਾ ਨਾਲ ਇਹਦੇ 'ਤੇ ਹੁਣ ਐਕਸ਼ਨ ਲਿੱਤੇ ਜਾ ਰਹੇ ਹੈ। ਨਵੀਂ ਭਰਤੀ ਵੀ ਔਨ ਕਾਰਡਸ ਹੈ, ਜਿੱਥੇ ਜਿੱਥੇ ਕਮਜ਼ੋਰੀ ਹੈ ਖਾਸ ਤੌਰ 'ਤੇ ਜੇਲ੍ਹਾਂ ਦੇ ਅੰਦਰ ਜਿੱਥੇ ਅਪਰਾਧੀਆਂ ਨੂੰ ਸੁਧਾਰਨ ਲਈ ਇਹ ਜੇਲ੍ਹਾਂ ਬਣੀਆਂ ਹੋਈਆਂ ਅਤੇ ਅੱਜ ਉੱਥੇ ਅਪਰਾਧੀਆਂ ਦਾ ਹੀ ਕਿਤੇ ਨਾ ਕਿਤੇ ਗੜ੍ਹ ਬਣ ਗਿਆ। ਉਹਨੂੰ ਸੁਧਾਰਨ ਲਈ, ਉਸ ਸਿਸਟਮ ਨੂੰ ਸਾਰਿਆਂ ਨੂੰ ਦੁਬਾਰਾ ਸਟ੍ਰੀਮਲਾਈਨ ਕਰਨ ਲਈ ਸਾਡੇ ਜੇਲ੍ਹ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਜੀ ਬੜੀ ਸੀਰੀਅਸਨੈਸ ਨਾਲ ਲੱਗੇ ਹੋਏ। ਲੇਕਿਨ ਸਰ ਅਕਾਲੀ ਦਲ ਜੇਲ੍ਹ ਮੰਤਰੀ ਸਾਹਿਬ ਦਾ ਅਸਤੀਫਾ ਮੰਗ ਰਿਹਾ ਹੈ, ਉਹ ਕਹਿੰਦੇ ਕਿ ਨਾਕਾਮ, ਉਹਨਾਂ ਨੂੰ ਕੋਈ ਹੋਰ ਕੋਈ ਕੰਮ ਨਹੀਂ ਰਹਿ ਗਿਆ, ਉਹ ਛੋੜੋ ਗੱਲ ਕਰਨਾ ਬੇਕਾਰ ਹੈ। ਆਪਾਂ ਗੱਲ ਕਰੀਏ ਇਸ ਸਿਸਟਮ ਨੂੰ ਕਿਵੇਂ ਸੁਧਾਰਨਾ, ਜਿਹੜਾ ਉਹਨਾਂ ਨੇ ਉਹਨਾਂ ਦੀਆਂ ਨਲੈਕੀਆਂ ਕਰਕੇ ਅੱਜ ਇਸ ਲੈਵਲ 'ਤੇ ਪਹੁੰਚਿਆ ਹੋਇਆ। ਧੰਨਵਾਦ ਤੁਹਾਡਾ।